कुछ लोग अपने निजी स्वार्थों लिए परिवारक रिश्ते नात्या नूं अखों परोखे करके जमीना हड़प्पण की ताक विच रहिंदे हन। अजिहा ही एक मामला सामने आया मोगा दे पिंड बुटर विखे, जिथों की एक बजुर्ग माता मनजीत कौर ने भरे मन नाल रोंदिया दस्या कि मेरे पति बंत सिंह, जिस नूं अधरंग दे दौरे पै चुके हन, जो मंजे उपर पिया जिंदगी ते मौत की लड़ाई लड़ रहा है, पर उस दे भरावां वल्लों बंत सिंह की निजी जमीन नूं हड़प्पण लई कोझियां हरकतां कीतियां जा रहियां हन ते साडे वल्लों इंसाफ की मंग नूं लै के पिछले लंबे समय तो प्रशासन नूं दित्तियां दरखास्तां दी किते कोई सुनवाई नहीं हुई। आखिरकार इस बजुर्ग जोड़े ने महिला कमीशन नूं इस मामले नूं गंभीरता नाल ध्यान दे के हल करवाउण दी अपील कीती। ਜ਼ਮੀਨ ਦਾ ਜੀ, ਜ਼ਮੀਨ ਸਾਰੀ ਹੜੱਪਣਾ ਚਾਹੁੰਦੇ ਆ, ਸਾਡੇ ਕੋਲ ਕੁਛ ਨਹੀਂ ਗਾ, ਅਸੀਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਆ। ਇਹਨੇ ਕੁਛ ਦਿਨ ਹੋ ਗਏ ਤੇ ਗੋਲੀਆਂ ਰੱਖ ਗਏ ਸਾਡੇ ਘਰ। ਇੱਥੇ ਕੋਈ ਬੁੜੀ ਆ, ਉਸ ਨੂੰ ਪੈਸੇ ਪੂਸੇ ਦੇ ਕੇ ਇਹਨਾਂ ਨੇ ਰਖਾ ਦੇ। ਕਹਿੰਦੇ ਮੇਰਾ ਜੇਠ ਆ, ਜੇਠ ਆ ਇੱਕ ਜੇਠਾਣੀ ਆ, ਦੋ ਜੇਠ ਆ, ਨਾਲ ਹੈ ਗੇਲੀ ਤੇ ਗੇਲੀ ਆ ਤੇ ਬਿੰਦਰ ਤੇ ਸਰਬਜੀਤ ਆ, ਤੇ ਤਿੰਨ ਜਾਣੇ ਸਾਨੂੰ ਬਹੁਤ ਜ਼ਿਆਦਾ ਹੀ ਪਰੇਸ਼ਾਨ ਕਰੀ ਬੈਠੀ। ਇਹਨਾਂ ਹੜੱਪਣਾ ਚਾਹੁੰਦੇ ਆ, ਸਾਡੀ ਆਪਦੀ ਵੇਚ ਕੇ ਖਾ ਲਈ ਇਹਨਾਂ ਨੇ ਸਾਰਿਆਂ ਨੇ। ਦੋ ਕਾਕੇ ਆ ਜੀ, ਅੰਮ੍ਰਿਤਸਰ ਰਹਿੰਦੇ ਆ ਜੀ। ਦੱਸਿਆ ਉਹ ਨਿੱਕੀ ਆ ਜੀ, ਉਹ ਇੱਕ ਤਾਂ 12 ਸਾਲ ਦਾ ਹੀ ਹੈ, ਇੱਕ 10 20 ਸਾਲਾਂ ਦਾ, 15 ਕ ਦਾ। ਉਹ ਨਿਆਣੇ ਐਂ ਡਰਦੇ ਆ, ਇਹ ਕਹਿੰਦੇ ਕੁੱਟ ਮਾਰ ਕਰਕੇ ਲੱਤਾਂ ਬਾਹਾਂ ਤੋੜ ਦਿਆਂਗੇ ਜੀ। ਅਸੀਂ ਬਹੁਤ ਥਾਈ ਪਾਈਆਂ, ਕੋਈ ਸਾਡੀ ਸੁਣਾਈ ਨਹੀਂ ਕਰਦਾ, ਪੁਲਿਸ ਕੋਈ ਨਹੀਂ ਸੁਣ ਰਹੀ ਸਾਡੀ, ਨਾ DSP ਨੇ ਸੁਣੀ, ਨਾ DP ਨੇ ਸੁਣੀ, ਕਿਸੇ ਨੇ ਨਹੀਂ ਸਾਡੀ ਸੁਣਾਈ ਕੀਤੀ ਜੀ। ਅਪੀਲ ਕਰਦੇ ਹੁਣ ਸਾਨੂੰ ਮਨੀਸ਼ਾ ਘਲਾਟੀ ਜੀ ਨੇ ਸਾਡੀ ਸੁਣਵਾਈ ਕਰੇ, ਉਹਦਾ ਫੈਸਲਾ ਬੜਾ ਵਧੀਆ ਸਾਨੂੰ ਲੱਗਾ, ਕਿਸੇ ਮਾਤਾ ਜੀ ਦਾ ਕੀਤਾ ਸੀ। ਸਾਨੂੰ ਵੀ ਸਾਡਾ ਵੀ ਥੋੜ੍ਹੇ ਬਜ਼ੁਰਗ ਅਸੀਂ ਹੈਗੇ ਹਾਂ, ਸਾਨੂੰ ਕੋਈ ਸਾਂਭਣ ਵਾਲਾ ਨਹੀਂ, ਅਸੀਂ ਬਹੁਤ ਜ਼ਿਆਦਾ ਤੰਗ, ਅਸੀਂ ਔਖੇ ਬਹੁਤ ਆ, ਸਾਨੂੰ ਲੋਕ ਸਾਨੂੰ ਟਿਕਣ ਨਹੀਂ ਦਿੰਦੇ, ਲੋਕਾਂ ਨੂੰ ਪੈਸੇ ਦੇ ਦਿੰਦੇ, ਗੋਲੀਆਂ ਗੱਪੇ ਸਾਡੇ ਘਰ ਧਰ ਦਿੰਦੇ, ਸਾਡੀ ਜ਼ਮੀਨ ਖੋਣਾ ਚਾਹੁੰਦੇ ਆ। ਹੁਣ ਹੱਥ ਬੰਨ ਕੇ ਬੇਨਤੀ ਆ ਸਾਨੂੰ, ਮਨੀਸ਼ਾ ਘਲਾਟੀ ਜੀ ਜ਼ਰੂਰ ਸਾਡੀ ਮਦਦ ਕਰਨ, ਸਾਡਾ ਕੋਈ ਨਹੀਂ ਹੈ। ਵੱਡਾ ਭਰਾ ਸੀਗਾ, ਸਾਰੀ ਜ਼ਿੰਮੇਦਾਰੀ ਉਹਦੀ ਸੀਗੀ। ਅੱਛਾ, ਉਹ ਪ੍ਰੋਪਰਟੀ ਮੈਨੂੰ ਸਾਰੀ ਦੇ ਗਿਆ, ਉਹ ਪ੍ਰੋਪਰਟੀ ਮੈਨੂੰ ਸਾਰੀ ਦੇ ਗਿਆ। ਇਹ ਜਿਹੜਾ ਗਰਮੇਲ ਆ, ਇਹ ਆਪਦਾ ਹਿੱਸਾ ਵੇਚ ਗਿਆ, ਘਰ ਘਰ ਵੀ ਵੇਚ ਗਿਆ, ਆਪਦੀ ਜ਼ਮੀਨ ਵੀ ਵੇਚ ਗਿਆ। ਗਰਮੇਲ ਗੇਲੀ, ਮੇਰਾ ਭਰਾ ਗੇਲੀ, ਅਤੇ ਉਹ ਆਪਦਾ ਹਿੱਸਾ ਵੇਚ ਗਿਆ, ਅਤੇ ਉਹ ਮੇਰੀ ਆ ਜ਼ਮੀਨ, ਉਹ ਖੋਣ ਨੂੰ ਫਿਰਦਾ, ਰੱਪ ਕਰਨ ਨੂੰ ਫਿਰਦਾ, ਮੇਰੇ ਨਾਂ ਜ਼ਮੀਨ ਲੱਗੀ ਵੀ ਆ, ਸਾਰਾ ਕੁਛ ਹੋਇਆ ਵਿਆ, ਸਾਨੂੰ ਖਤਰਾ, ਅਤੇ ਸਾਨੂੰ ਇਹਨਾਂ ਤੋਂ ਖਤਰਾ ਵੀ ਸਾਡਾ ਕੋਈ ਪਤਾ ਨਹੀਂ, ਇਹਨਾਂ ਨੇ ਕਦੋਂ ਸਾਨੂੰ ਮਾਰ ਦੇਣਾ, ਅਤੇ ਕੈਮਰੇ ਸਾਡੇ ਲਾਏ ਵੇ ਆ, ਅਸੀਂ ਤਾਂ ਹੁਣ ਡਰਦਿਆਂ ਨੇ ਕੈਮਰੇ ਲਾਏ। ਪੁਲਿਸ ਕੋਈ ਮਦਦ ਨਹੀਂ ਕਰਦੀ ਜੀ, ਕੋਈ ਨਹੀਂ ਮਦਦ ਕਰਦੀ, ਪੈਸੇ ਲਾਈ ਜਾਂਦੇ ਆ, ਬਸ ਮਦਦ ਕਾਹਦੀ ਕਰਨੀ ਆ, ਕੋਈ ਨਹੀਂ ਸੁਣਦਾ, ਨਾ DC ਸੁਣਦਾ, ਨਾ ਕੋਈ ਆ ਥਾਣਾ, ਕੋਈ ਨਹੀਂ ਸੁਣਦਾ। ਅਪੀਲ ਕੀ ਸਾਡੀ ਆ, ਸੁਣਾਈ ਹੋਣੀ ਚਾਹੀਦੀ ਆ, ਆਹ ਜਿਹੜੀ ਕੀ ਬਾਈ, ਮਨੀਸ਼ਾ ਘਲਾਟੀ, ਹਾਂ ਮਨੀਸ਼ਾ ਘਲਾਟੀ।